ਸਤਿ ਸ਼੍ਰੀ ਅਕਾਲ ਜੀ। ਹਮ ਲੋਗੋ ਨੇ ਪਹਿਲੇ ਡਿਸਕਸ ਕਰ ਰਹਾ ਥਾ ਕਿ ਕਿਸ ਤਰੀਕੇ ਦੇ ਨਾਲ ਸੋਸ਼ਲ ਐਂਟਰਪ੍ਰੀਨਿਓਰਸ਼ਿਪ ਡਵਲਪ ਹੋ ਸਕਦਾ ਹੈ। ਸੋਸ਼ਲ ਐਂਟਰਪ੍ਰੀਨਿਓਰਸ਼ਿਪ ਦੁਬਾਰਾ ਉਹੀ ਕਨਸੈਪਟ ਹੈ ਜਿਦੇ ਵਿੱਚ ਸਿਰਫ ਪ੍ਰੋਫਿਟ ਮੇਕ ਇਨ ਮੇਨ ਅਜੰਡਾ ਨਹੀਂ ਹੈ, ਬਲਕਿ ਆਸ-ਪਾਸ ਦੇ ਹਾਲਾਤਾਂ ਦੇ ਵਿੱਚ ਸਮਾਜ ਨੂੰ ਇਕੱਤਰਿਤ ਕਰਕੇ ਕੁਝ ਬਿਹਤਰ ਕਰਨਾ, এনवायरमेंटਲੀ ਕੁਝ ਬਿਹਤਰ ਕਰਨਾ, ਆਸ-ਪਾਸ ਰੋਜ਼ਗਾਰ ਪੈਦਾ ਕਰਨਾ ਔਰ ਸਕਿੱਲ ਪੈਦਾ ਕਰਨਾ। ਤੇ ਉਸੀ ਆਬਜੈਕਟਿਵ ਦੇ ਨਾਲ ਹੁਣ ਗਲੋਬਲ ਮਿਡਾਸ ਨੇ ਆਪਣਾ ਗਲੋਬਲ ਮਿਡਾਸ ਫੂਡ ਐਂਡ ਹਸਪੀਟੈਲਿਟੀ ਵਿੰਗ ਸਟਾਰਟ ਕੀਤਾ ਹੈ। ਇਹਦੇ ਵਿੱਚ ਜਿਹੜਾ ਪੋਰਟਫੋਲੀਓ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਸਭ ਤੋਂ ਪਹਿਲੇ ਇਹਦੇ ਵਿੱਚ ਅਸੀਂ ਇੱਕ ਪ੍ਰੋਡਕਟ ਲਾਈਨ ਆਪਣੀ ਸਟਾਰਟ ਕੀਤੀ ਹੈ ਜਿਦੇ ਵਿੱਚ ਪਹਿਲਾ ਪ੍ਰੋਡਕਟ ਜਿਹੜਾ ਅਸੀਂ ਲੈ ਕੇ ਆਏ ਆ ਉਹਦਾ ਬ੍ਰਾਂਡ ਨੇਮ ਹੈ QMP ਯਾਨੀ ਕੁਇਕ ਮੀਲ ਪੈਰਾਡਾਈਸ। ਇਹਦੇ ਵਿੱਚ ਰੈਡੀ ਟੂ ਈਟ ਮੀਲਸ ਜਿਸ ਤਰੀਕੇ ਦੇ ਨਾਲ MTR ਦੇ ਪ੍ਰੋਡਕਟਸ ਹੁੰਦੇ ਹੈ ਦਾਲ ਮਖਣੀ ਸ਼ਾਹੀ ਪਨੀਰ ਐ ਸਭ ਤੋਂ ਇਸ ਤਰੀਕੇ ਦੇ ਨਾਲ ਹੈ ਰੈਡੀ ਟੂ ਈਟ ਪ੍ਰੋਡਕਟਸ ਹੈ ਐ ਪ੍ਰੋਡਕਟਸ ਇੰਡੀਆ ਦੇ ਵਿੱਚ ਰਿਟੇਲ ਤੇ ਐਕਸਪੋਰਟ ਦੇ ਲਈ ਤਿਆਰ ਹੈ ਐਦੇ ਵਿੱਚ ਜਿਹੜੇ ਪ੍ਰੋਡਕਟ ਲਾਈਨ ਹੈ ਇਹਨਾਂ ਦੇ ਵਿੱਚ 7 ਨਾਨ ਵੇਜ ਆਈਟਮਸ 5 ਵੇਜ ਆਈਟਮਸ ਐਂਡ 2 ਸਵੀਡਿਸ਼ ਇਨਵੋਲਡ ਹੈ ਦੂਜੀ ਡੇਰੀਸੀ ਪ੍ਰੋਡਕਟ ਲਾਈਨ ਲੈ ਕੇ ਆਏ ਆ ਉਹ ਹੈ ਮਿਡਾ ਸ਼ਾਹੀ ਮਸਾਲੇ ਐ ਜਿਹੜੇ ਸ਼ਾਹੀ ਮਸਾਲੇ ਹੈ ਇਹ ਸਾਰੇ ਆਲਰੇਡੀ ਆਲ ਅਪਰੂਵਡ ਵਿਦ ਕੰਪਲਾਈਂਸ ਫਸਾਈ ਅਪਰੂਵਡ ਮਸਾਲਿਆਂ ਦੀ ਪੂਰੀ ਰੇਂਜ ਹੈ ਜਿਹੜੀ ਅਸੀਂ ਲੈ ਕੇ ਆਏ ਆ ਦੂਜਾ ਅਸੀਂ ਲੈ ਕੇ ਆਏ ਆ ਬਾਸਮਤੀ ਰਾਈਸ ਦੀ ਵੈਰਾਈਟੀ ਇਹ ਵੈਰਾਈਟੀ ਵੀ ਸਾਡੇ ਕੋਲ ਹੁਣ ਅਵੇਲੇਬਲ ਹੈ ਚੌਥੀ ਸੈਗਮੈਂਟ ਜਿਹੜੀ ਇਸ ਪ੍ਰੋਡਕਟ ਲਾਈਨ ਦੇ ਵਿੱਚ ਅਸੀਂ ਲੈ ਕੇ ਆਏ ਆ ਉਹ ਹੈ ਆਰਗੇਨਿਕ ਘੀ ਤੇ ਉਹ ਵੀ ਹੁਣ ਸਾਡੇ ਕੋਲ ਅਵੇਲੇਬਲ ਹੈ ਔਰ ਸਾਥੀ ਸਾਥ ਜਿਹੜਾ ਲਾਸਟ ਆਈਟਮ ਅਸੀਂ ਲੈ ਕੇ ਆਏ ਆ ਉਹ ਲੈ ਕੇ ਆਏ ਆ ਆਯੂਸ਼ ਐਂਡ ਪਰਸਨਲ ਕੇਅਰ ਪ੍ਰੋਡਕਟਸ ਤੇ ਜਿਹੜੀ ਇਹ ਸਾਰੀ ਪ੍ਰੋਡਕਟਸ ਲਾਈਨ ਹੈ ਇਹਨਾਂ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਤੇ ਇੰਟਰਨੈਸ਼ਨਲੀ ਹੁਣ ਡੋਮੈਸਟਿਕ ਸੇਲ ਔਰ ਇੰਟਰਨੈਸ਼ਨਲ ਸੇਲ ਦੇ ਲਈ ਅਸੀਂ ਆਰਡਰ ਲੈਣ ਦੇ ਲਈ ਤਿਆਰ ਹਾਂ ਉਹਦੇ ਵਿੱਚ ਡੀਲਰਸ਼ਿਪ ਦੀ ਜਾਏਗੀ ਤੇ ਜਿਹੜੀ ਡੀਲਰਸ਼ਿਪ ਹੈ ਚਾਹੇ ਤੁਸੀਂ ਡੀਲਰ ਬੰਦੇ ਹੋ ਇੱਕ ਪਾਰਟਿਕੂਲਰ ਸਿਟੀ ਦੇ ਜਾਂ ਇੱਕ ਪਾਰਟਿਕੂਲਰ ਸਟੇਟ ਦੇ ਤੇ ਉਹਦੇ ਟਰਮਸ ਵੀ ਸਾਡੀ ਵੈਬਸਾਈਟ ਦੇ ਉੱਤੇ ਅਵੇਲੇਬਲ ਹੈ ਤੇ gmfh.in ਦੇ ਉੱਤੇ ਇਹ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ ਇਹਦਾ ਆਬਜੈਕਟਿਵ ਹੈ ਕਿ ਇੱਕ ਤਰਫ ਤੇ ਏਮਪਲੋਇਮੈਂਟ ਪੈਦਾ ਹੋਏਗੀ ਦੂਜਾ ਜਿਹੜੇ ਲੋਕ ਡੀਲਰ ਬਣਨਗੇ ਉਹ ਉਸ ਪ੍ਰੋਡਕਟ ਨੂੰ ਸੇਲ ਕਰਕੇ ਉਹਦੀ ਮਾਰਕੀਟ ਡਵੈਲਪ ਕਰਕੇ ਉਹਦੇ ਲਈ ਇਨਕਮ ਜਨਰੇਟ ਕਰੇਗੇ ਐ ਦੇ ਵਿੱਚ ਇਟ اور ਬੈਨੀਫਿਟ ਹੈ ਕਿ ਜਿਹੜਾ ਅਸੀਂ ਜੀਐਮਐਫ ਥੋਲਨ ਦੀ ਤੁਹਾਡੇ ਨਾਲ ਡਿਸਕਸ਼ਨ ਕੀਤੀ ਸੀ ਕਿ ਇਹ ਦੁਨੀਆ ਦਾ ਪਹਿਲਾ ਐਸਾ ਕ੍ਰਿਪਟੋ ਹੈ ਜਿਹਦੀ ਯੂਟਿਲਿਟੀ ਆਈ ਗਈ ਤੇ ਐ ਦੇ ਵਿੱਚ ਜਿਹੜਾ ਵੀ ਡੀਲਰ ਬਣੇਗਾ ਉਹਨੂੰ ਵੀ ਕ੍ਰਿਪਟੋ ਦੇ ਨਾਲ ਲਿੰਕ ਕੀਤਾ ਜਾਏਗਾ ਉਹ ਜਿਹੜਾ ਵੀ ਬੰਦਾ ਇਹ ਪ੍ਰੋਡਕਟ ਖਰੀਦੇਗਾ ਉਹਦੇ ਵਿੱਚ ਉਹ ਕ੍ਰਿਪਟੋ ਜਿਹੜੀ ਜੀਐਮਐਫ ਦੀ ਹੈ ਉਹ ਵੀ ਚਲੇਗੀ ਤੇ ਦੋਨੋਂ ਤਰਫੋਂ ਇੱਕ ਤਰਫੋਂ ਜਿੱਥੇ ਡੀਲਰ ਬੰਦਾ ਹੈ ਉੱਥੇ ਯੂਟਿਲਿਟੀ ਆਈ ਜੀ ਕ੍ਰਿਪਟੋ ਦੀ ਔਰ ਦੂਜੀ ਤਰਫ ਜਿਹੜਾ ਪਰਚੇਜ਼ਰ ਬੰਤਾ ਹੈ ਉਹਦੇ ਵਿਕਰੇਵੀ ਕ੍ਰਿਪਟੋ ਦੀ ਆਈ ਜੀ ਯੂਟਿਲਿਟੀ ਹੈ ਡਿਸਕਸ਼ਨ ਔਰ ਐਡ ਡਿਟੇਲਿੰਗ ਤੁਹਾਡੇ ਨਾਲ ਆਉਣ ਵਾਲੇ ਕੁਝ ਵੀਡੀਓ ਦੇ ਵਿੱਚ ਅਸੀਂ ਸਾਂਝਾ ਕਰਾਂਗੇ ਦੂਜੀ ਜਿਹੜਾ ਪੋਰਟਫੋਲੀਓ ਹੈ ਇਸ ਜੀਐਮਐਫ ਦਾ ਉਹਦੇ ਵਿੱਚ ਹੈ ਕੇਟਰਿੰਗ ਤੇ ਕੇਟਰਿੰਗ ਵੀ ਦੋ ਹੈ ਇੱਥੇ ਹੈ ਇੰਡਸਟਰੀਅਲ ਕੇਟਰਿੰਗ ਜਿਹਦੇ ਵਿੱਚ ਅਸੀਂ ਇੰਡਸਟਰੀਜ਼ ਦੇ ਨਾਲ ਹਸਪੀਟਲਸ ਦੇ ਨਾਲ ਸਕੂਲਸ ਦੇ ਲਈ ਕੇਟਰਿੰਗ ਕਰਸਤਦੇ ਹਾਂ ਉਹਨਾਂ ਦੇ ਕਸਟਮਾਈਜ਼ਡ ਮੀਨੂ ਦੇ ਹਿਸਾਬ ਦੇ ਨਾਲ ਦੂਜੀ ਤਰਫ ਅਸੀਂ ਪ੍ਰਾਈਵੇਟ ਕੈਟਰਿੰਗ ਜਿੱਦਾਂ ਸ਼ਾਦੀ ਵਿਆਹ ਹੈ ਜਾਂ ਕੋਈ ਫੰਕਸ਼ਨ ਹੈ ਉਹ ਵੀ ਕਰਸਦੇ ਹਾਂ ਤੇ ਇਹ ਕੈਟਰਿੰਗ ਦਾ ਵੀ ਪੂਰਾ ਮਾਡਲ ਇਸ ਸੈਗਮੈਂਟ ਦੇ ਵਿੱਚ ਡਾਲਾ ਗਿਆ ਹੈ ਤੀਜਾ ਚੋਟੀ ਸਾਡਾ ਖੁੱਦ ਦਾ ਟੀਮ ਦਾ ਬੜਾ ਹੀ ਬਿਹਤਰੀਨ ਐਕਸਪੀਰੀਅੰਸ ਹੈ ਐਫ ਐਂਡ ਬੀ ਇੰਡਸਟਰੀ ਦੇ ਵਿੱਚ ਜਿੱਥੇ ਅਸੀਂ ਬੜੇ ਲੀਡਿੰਗ ਕੰਪਨੀਆਂਜ਼ ਦੇ ਨਾਲ ਕੰਮ ਕੀਤਾ ਹੈ ਮੇਰਾ ਕੈਰੀਅਰ ਹੀ ਸਟਾਰਟ ਹੋਇਆ ਸੀ ਇਨਵੈਸਟਮੈਂਟ ਬੈਂਕਿੰਗ ਦੇ ਨਾਲ ਜਿੱਦੇ ਵਿੱਚ ਮੈਂ ਜੁਬਿਲੈਂਟ ਫੂਡ ਵਰਕਸ ਜਿਨ੍ਹਾਂ ਦਾ ਡੋਮੀਨੋਜ਼ ਹੈ ਉਹਨਾਂ ਦੇ ਲਈ 2 ਸਾਲ ਪੂਰੇ ਪੈਨ ਇੰਡੀਆ ਮਰਜਰ ਐਂਡ ਐਕਵਿਜ਼ੀਸ਼ਨ ਐਡਵਾਈਜ਼ਰੀ ਕੀਤੀ ਹੈ ਉਸੀ ਤਜਰਬੇ ਨੂੰ ਲਾਦੇ ਹੋਏ ਅਸੀਂ ਹੁਣ ਇਹਦੇ ਵਿੱਚ ਵੀ ਜਿਹੜੇ ਪ੍ਰੋਡਕਟ ਲਾਈਨ ਲਾਏ ਆ ਉਹਦੇ ਵਿੱਚ ਅਸੀਂ ਫੂਡ ਸੈਗਮੈਂਟਸ ਬਣਾਈਆਂ ਨੇ ਰੈਸਟੋਰੈਂਟਸ ਨਹੀਂ ਤੇ ਤਿੰਨ ਸੈਗਮੈਂਟ ਹੈ ਜੀ ਇੱਕ ਹੈ ਪੂਰੀ ਫਰੋਜ਼ਨ ਸੈਗਮੈਂਟ ਜਿੱਦੇ ਵਿੱਚ ਤੁਹਾਡੀ ਇਨਵੈਸਟਮੈਂਟ ਜ਼ਿਆਦਾ ਨਹੀਂ ਸਿਰਫ 10 ਤੋਂ 15 ਲੱਖ ਦੇ ਵਿੱਚ ਤੁਸੀਂ ਇਹ ਆਪਣਾ ਫਰੋਜ਼ਨ ਫੂਡ ਦਾ ਪੂਰਾ ਇੱਕ ਆਊਟਲੈਟ ਖੋਲ੍ਹ ਸਕਦੇ ਹੋ ਦੂਜਾ ਹੈ ਇੱਕ ਬਰੀਆਨੀ ਕੋਰਨਰ ਤੇ ਜਿਹੜਾ ਬਰੀਆਨੀ ਕੋਰਨਰ ਹੈ ਉਹਦੇ ਵਿੱਚ ਵੀ QSR ਹੈ ਜਿੱਦੇ ਵਿੱਚ ਤੁਸੀਂ ਆਪਣਾ ਬਰੀਆਨੀ ਲੈ ਕੇ ਬਰੀਆਨੀ ਦੀ ਸੇਲ ਕਰ ਸਕਦੇ ਹੋ ਤੀਜਾ ਜਿਹੜਾ ਹੈ ਉਹ ਹੈ ਰਾਇਲ ਮੀਡਲ ਐਕਸਪ੍ਰੈਸ QSR ਮਾਡਲ ਜਿਦੇ ਵਿੱਚ ਤੁਸੀਂ ਜਿਸ ਤਰੀਕੇ ਦਾ ਆਪਣਾ ਪੰਜਾਬੀਆਂ ਦਾ QSR ਸੈਗਮੈਂਟ ਹੁੰਦੀ ਹੈ ਟਾਕੇ ਦਾ ਢਾਬਾ ਹੈ ਜਾਂ ਪਿੰਡ ਬਲੂਚੀ ਹੈ ਇਸ ਤਰੀਕੇ ਦੀ ਪੂਰੀ ਪ੍ਰੋਡਕਟ ਲਾਈਨ ਹੈ ਤੇ ਇਹ ਤਿੰਨ ਫਾਰਮੈਟ ਹੈਗੇ ਜਿਹੜੇ ਅਸੀਂ ਆਪਣੇ F&B ਦੇ ਆਊਟਲੈਟਸ ਦੇ ਵਿੱਚ ਲਾਏ ਆ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਟਸ ਅ ਪਲੱਗ ਐਂਡ ਪਲੇ ਮਾਡਲ ਜਿਦੇ ਵਿੱਚ ਤੁਸੀਂ ਆਊਟਲੈਟ ਖੋਲਦੇ ਹੋ ਆਊਟਲੈਟ ਪੂਰਾ ਸੈਟਅਪ ਕਰਨਾ ਸਾਡੀ ਟੀਮ ਕਰੇਗੀ ਉਹਦੇ ਬਾਅਦ 80% ਜਿਹੜੀ ਸਪਲਾਈ ਹੋਏਗੀ ਉਹ ਬੇਸ ਸਟੇਸ਼ਨ ਤੋਂ ਹੋ ਜਾਏਗੀ ਤੇ ਤੁਹਾਨੂੰ ਜ਼ਿਆਦਾ ਆਪਣੇ ਆਊਟਲੈਟ ਦੇ ਉੱਤੇ ਬਣਾਣ ਦੀ ਜ਼ਰੂਰਤ ਨਹੀਂ ਪੈਣੀ ਇਹਦਾ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਹਰ ਜਗ੍ਹਾ ਇੱਕ ਸਟੈਂਡਰਡਡ ਸਟੈਂਡਰਡਾਈਜ਼ਡ ਕੁਆਲਿਟੀ ਰਹੇਗੀ ਔਰ ਉਦੇਬਾਦ ਪਿਲਫਰੇਜ ਨਹੀਂ ਹੋਏਗੀ ਔਰ 90% ਡੈਥ ਰੇਟ ਹੈ ਐ ਫਰੈਂਚਾਈਜ਼ੀ ਆਊਟਲੈਟਸ ਦਾ ਕਿ ਜਿਹੜਾ ਬੰਦਾ ਐਕਸਪੀਰੀਅੰਸ ਨਹੀਂ ਹੁੰਦਾ ਔਰ ਖੋਲ ਤੇ ਲੈਂਦਾ ਬਟ ਮੈਨੇਜ ਨਹੀਂ ਕਰ ਪਾਂਦਾ ਬਟ ਐ ਲੋ ਇਨਵੈਸਟਮੈਂਟ ਦੇ ਵਿੱਚ ਪੂਰਾ ਸਪੋਰਟ ਤੁਹਾਨੂੰ ਕੰਪਨੀ ਦਾ ਮਿਲੇਗਾ ਉਹਦੇ ਨਾਲ ਹੀ ਇਹ ਤਿੰਨੋਂ ਆਊਟਲੈਟ ਦੇ ਵਿੱਚ ਇੱਥੇ ਰਿਟੇਲ ਸੇਲ ਹੋਏਗੀ ਦੂਜਾ ਆਨਲਾਈਨ ਸੇਲ ਹੋਏਗੀ ਤੀਜਾ ਤੁਸੀਂ ਐਡੇ ਥਰੂ ਹੀ ਟੀਟਰਿੰਦੇ ਆਰਡਰ ਵੀ ਪਾੜ ਸਕਦੇ ਹੋ ਪਾਰਟੀਆਂ ਦੇ ਆਰਡਰ ਵੀ ਲੈ ਸਕਦੇ ਹੋ ਜਿੱਦੀ ਵੀ ਸਪਲਾਈ ਤੁਹਾਨੂੰ ਪਿੱਛੇ ਸਾਡੀ ਬੇਸ ਸਟੇਸ਼ਨ ਤੋਂ ਸਪੋਰਟ ਮਿਲੇਗਾ ਉਹਦੇ ਨਾਲ ਹੀ ਅਸੀਂ ਕੋਰਪੋਰੇਟ ਦੀ ਵੀ ਅਦਰ ਕੋਈ ਇਸ ਤਰੀਕੇ ਦਾ ਟਾਈ ਅਪ ਹੋਤਾ ਤੇ ਤੁਸੀਂ ਕੋਰਪੋਰੇਟ ਵੀ ਸੇਲ ਕਰ ਸਕਦੇ ਹੋ ਇਨੀ ਆਊਟਲੈਟ ਤੋਂ ਔਰ ਸਾਥੀ ਸਾਥ ਤੁਸੀਂ ਜਿਹੜੀ ਕਿਟੀ ਪਾਰਟੀਆਂ ਹੁੰਦੀਆਂ ਔਰ ਇਸ ਤਰੀਕੇ ਦੀ ਸੋਸ਼ਲ ਜੈਟਰੀਨਿੰਗ ਹੁੰਦੀ ਹੈ ਇਸ ਤਰੀਕੇ ਦਾ ਵੀ ਹਰ ਇੱਕ ਆਊਟਲੈਟ ਤੋਂ ਤੁਸੀਂ ਸਰਵਿਸ ਦੇ ਸਕਦੇ ਹੋ ਔਰ ਸਾਥੀ ਸਾਥ ਜਿਹੜਾ ਔਰ ਤੁਹਾਨੂੰ ਬੈਨੀਫਿਟ ਮਿਲੇਗਾ ਉਹ ਮਿਲੇਗਾ ਕਿ ਇਹਦੇ ਵਿੱਚ ਅਸੀਂ ਕੈਸਰੋਲ ਸਰਵਿਸਿਜ਼ ਲਾਇਆ ਜਿੱਦੇ ਵਿੱਚ ਮਿਨੀਮਮ 20 ਤੋਂ 25 ਬੰਦਿਆਂ ਦੇ ਲਈ ਕੈਸਰੋਲ ਦੇ ਵੇਜ ਤੁਹਾਨੂੰ ਵੇਜ ਔਰ ਨਾਨ ਵੇਜ ਦੇ ਆਈਟਮਸ ਆਉਣਗੇ ਕੈਸਰੋਲ ਵਿੱਚ ਬਣ ਕੇ ਆ ਜਾਂਦਾ ਔਰ ਆ ਜਾਂਦਾ ਤੇ ਪਹਿਲੀ ਬਾਰ ਹੋਏਗਾ ਕਿ ਇੱਕ ਪਾਰਟਿਕੂਲਰ ਆਊਟਲੈਟ ਮਲਟੀਪਲ ਵੇ ਦੇ ਥਰੂ ਬਿਜ਼ਨਸ ਜਨਰੇਟ ਕਰੇਗਾ ਸਾਥੀ ਸਾਥ ਅਦਾ ਜਿਹੜਾ ਨੈਕਸਟ ਵਰਟੀਕਲ ਹੈ ਉਹ ਸਾਡਾ ਐਜੂਕੇਸ਼ਨ ਐਂਡ ਟ੍ਰੇਨਿੰਗ ਹੈ ਜਿਦੇ ਵੀ ਸਾਡੀ ਐਕਸਪਰਟ ਟੀਮ ਜਿਹੜੀ ਹੈ ਉਹ ਬੱਚਿਆਂ ਨੂੰ ਅਲੱਗ-ਅਲੱਗ ਕੋਰਸੇ ਕਰਵਾਈਦੀ ਹੈ ਰੀਅਲ ਏਸਟੇਟ ਸੈਕਟਰ ਦੇ ਬਾਅਦ ਸਭ ਤੋਂ ਜ਼ਿਆਦਾ এমਪਲੋਇਮੈਂਟ ਐਫ ਐਂਡ ਬੀ ਸੈਗਮੈਂਟ ਦੇ ਵਿੱਚ ਹੁੰਦੀ ਹੈ ਤੇ ਚਾਹੇ ਉਹ ਹੋਟਲਸ ਦੇ ਵਿੱਚ ਹੌਸਪਿਟੈਲਿਟੀ ਦੇ ਵਿੱਚ ਜਾਣਾ ਹੋਵੇ ਜਾਂ ਤੁਸੀਂ ਬੇਕਰੀ ਦੇ ਵਿੱਚ ਜਾਣਾ ਹੋਵੇ ਜਾਂ ਤੁਸੀਂ ਰੈਸਟੋਰੈਂਟ ਦੇ ਵਿੱਚ ਕੰਮ ਕਰਨਾ ਹੋਵੇ ਕਿਸੇ ਤਰੀਕੇ ਦਾ ਵੀ ਕੰਮ ਤੁਹਾਨੂੰ ਕਰਨਾ ਹੈ ਤੇ ਉਹਦੇ ਲਈ ਇਹ ਪੂਰੀ ਟ੍ਰੇਨਿੰਗ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਏਗੀ ਤੇ ਇਸ ਤਰਫ ਤੇ ਸਮਾਜ ਦਾ ਉਧਾਰ ਹੋਏਗਾ ਜੋ ਕਿ ਚੈਰੀਟੇਬਲ ਰੇਟ ਤੇ ਇਹ ਟ੍ਰੇਨਿੰਗ ਦਿੱਤੀ ਜਾਏਗੀ ਔਰ ਦੂਜੀ ਤਰਫ এমਪਲੋਇਮੈਂਟ ਜਨਰੇਟ ਕਰਨ ਅੱਲਾ ਜੱਲ ਹੈ ਤਾਂ ਆਊਟਲੈਟ ਤੇ ਵੀ ਪੋਜੀਸ਼ਨ ਹੋ ਸਕਦੇ ਤੇ ਇਹ ਜਿਹੜਾ ਕੇਟਰਿੰਗ ਦਾ ਪੋਰਟਫੋਲੀਓ ਹੈ ਉਹਦੇ ਬਾਅਦ ਜਿਹੜਾ ਐਫ ਐਂਡ ਬੀ ਦੇ ਅੱਲਾ ਜੱਲ ਹੈ ਤਿੰਨ ਫਾਰਮੈਟਸ ਦਾ ਫੋਰਪ੍ਰਿੰਟ ਹੈ ਔਰ ਸਾਥੀ ਸਾਥ ਸਾਡਾ ਐਜੂਕੇਸ਼ਨ ਐਂਡ ਟ੍ਰੇਨਿੰਗ ਔਰ ਜਿਹੜੀ ਪ੍ਰੋਡਕਟ ਲਾਈਨ ਹੈ ਹੁਣ ਹੈ ਅਵੇਲੇਬਲ ਹੈ ਤੇ ਇਹ ਸਾਡੇ ਦੀ ਮੋਰ ਇਨਫੋਰਮੇਸ਼ਨ ਤੁਸੀਂ gmfh.in ਤੇ ਜਾ ਕੇ ਲੈ ਸਕਦੇ ਹੋ ਤੇ ਸਾਡਾ ਜਿਹੜਾ ਓਬਜੈਕਟਿਵ ਹੈ ਕਿ ਇਹ ਸੋਸ਼ਲ ਇਕੋਸਿਸਟਮ ਬਣਾਣਾ ਜਿਦੇ ਵਿੱਚ ਹਰ ਬੰਦਾ ਜੁੜੇ ਔਰ ਜੁੜਨ ਦੇ ਬਾਅਦ ਉਹਨੂੰ ਬੈਨੀਫਿਟ ਹੋਏ ਤੇ ਸਭ ਤੋਂ ਪਹਿਲੇ AGMF ਦੀ ਜਿਹੜੀ cripto ਹੈ ਯੂਟਿਲਿਟੀ इन ਸਾਰੇ ਬਿਜ਼ਨੈਸਿਸ ਦੇ ਵਿੱਚ ਆਏਗੀ ਉਸੇ ਦੇ ਨਾਲ ਹਰ ਜਗ੍ਹਾ ਤੇ ਇੱਕ 스ਕਿੱਲ ਡਵੈਲਪਮੈਂਟ ਦਾ ਇੰਪਲੋਇਮੈਂਟ ਜਨਰੇਸ਼ਨ ਦਾ ਇਨਕਮ ਜਨਰੇਸ਼ਨ ਦਾ ਮਾਡਲ ਬਣੇਗਾ ਸਾਥੀ ਸਾਥ 20 ਸਾਲ ਦਾ ਤਜਰਬਾ ਸਾਡੀ ਟੀਮਾਂ ਦਾ ਬੜਾ track record excellent ਹੈ ਤੁਸੀਂ ਜਦ website ਦੇਖੋਗੇ ਤੁਹਾਨੂੰ ਇਹ ਦਿਖੇਗਾ ਤੇ ਜਿਹੜਾ ਅਸੀਂ ਤੁਹਾਡੇ ਨਾਲ ਪਹਿਲੇ ਸ਼ੇਅਰ ਕੀਤਾ ਸੀ ਕਿ ਭਈ ਇੰਟਰਨੈਸ਼ਨਲ ਲੈਵਲ ਦੀ ਫਰੈਂਚਾਈਜ਼ੀ ਜਾਂ ਸਟੇਟ ਲੈਵਲ ਦੀ ਫਰੈਂਚਾਈਜ਼ੀ ਜਾਂ ਸਿਟੀ ਲੈਵਲ ਦੀ ਫਰੈਂਚਾਈਜ਼ੀ ਜੋ ਵੀ ਬੰਦਾ ਲੈਂਦਾ ਹੈ ਉਹਨੂੰ ਇਹ ਸਾਰੇ ਬਿਜ਼ਨਸ ਡਵੈਲਪ ਕਰਨ ਦਾ ਔਰ ਉਸ ਪੂਰੇ ਟੈਰੀਟਰੀ ਦਾ ਜਿੰਨਾ ਵੀ ਰੈਵਨਿਊ ਆਏਗਾ ਉਹਦਾ ਵੀ ਸ਼ੇਅਰ ਮਿਲੇਗਾ ਤੇ ਉਹ ਸਾਰੀ ਚੀਜ਼ਾਂ ਵੀ ਹੁਣ ਇਸ ਪੂਰੇ ਜੀਐਮਐਫ ਜਿੱਤੇ ਪੋਰਟਫੋਲੀਓ ਦੇ ਨਾਲ ਕੰਪਲੀਮੈਂਟ ਹੋ ਗਈ ਤੇ ਮੈਂ ਅਪੀਲ ਕਰਦਾ ਆ ਆਰਗੇਨਾਈਜੇਸ਼ਨਸ ਨੂੰ ਇੰਡੀਵਿਜੂਅਲਸ ਨੂੰ ਕਿ ਅਦਰ ਤੁਸੀਂ ਆਪਣੇ ਆਪਣੇ ਏਰੀਆ ਦੇ ਵਿੱਚ ਵੀ ਇਸ ਤਰੀਕੇ ਦੇ ਇੱਕ ਕੰਪਰੀਹੈਂਸਿਵ ਫੂਡ ਐਂਡ ਹਸਪਿਟੈਲਿਟੀ ਬਿਜ਼ਨੈਸਸ ਨੂੰ ਐਸਟੈਬਲਿਸ਼ ਕਰਨ ਦੇ ਲਈ ਜਿਹੜਾ ਸੋਸ਼ਲ ਐਂਟਰਪ੍ਰੀਨੋਰਸ਼ਿਪ ਦਾ ਇੱਕ ਐਗਜ਼ਾਮਪਲ ਹੈ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਔਰ ਮੋਰ ਇਨਫੋਰਮੇਸ਼ਨ ਤੁਸੀਂ ਸਾਡੀ gmwfh.in ਵੈਬਸਾਈਟ ਤੇ ਜਾ ਕੇ ਲੈ ਸਕਦੇ ਹੋ ਹੁਣ ਪੈਨ ਇੰਡੀਆ ਔਰ ਇੰਟਰਨੈਸ਼ਨਲੀ ਹਰ ਇੱਕ ਪ੍ਰੋਡਕਟ ਦੀ ਚਾਹ ਫਰੈਂਚਾਈਜ਼ੀ ਹੋਵੇ ਜਾਂ ਡੀਲਰਸ਼ਿਪ ਹੋਵੇ ਪ੍ਰੋਡਕਟ ਲਾਈਨ ਦੀ ਸਭ ਅਵੇਲੇਬਲ ਹੈ ਔਰ ਇਸੇ ਤਰੀਕੇ ਦੇ ਨਾਲ ਇੰਸਟੀਚਿਊਟ ਦੀ ਵੀ ਓਪਨਿੰਗ ਬੜੀ ਜਲਦ ਹੋਣ ਜਾ ਰਹੀ ਹੈ ਜਿਦੇ ਵਿੱਚ ਇਨਟੇਕ ਆਫ ਸਟੂਡੈਂਟਸ ਸਟਾਰਟ ਹੋਏਗਾ ਔਰ ਹਰ ਜਗਾ ਜਾ ਕੇ ਅਸੀਂ ਇਸ ਤਰੀਕੇ ਦੇ ਕੈਰੀਅਰ ਕਾਉਂਸਲਿੰਗ ਸੈਸ਼ਨ ਪਲਸ ਡੈਡੀਕੇਟਿਡ ਡਿਪਲੋਮਾ اور ਸਰਟੀਫਿਕੇਟ ਪ੍ਰੋਗਰਾਮ ਵੀ ਸਾਡੇ ਜੀਐਮਐਫ ਦੇ ਲੈ ਕੇ ਆਉਣਗੇ ਸਸਰੀ ਕਾਲਜ